ਤਸਵੀਰਾਂ ਨੂੰ ਗੌਰ ਦੇ ਨਾਲ ਵੇਖੋ। ਲੋ ਰਾਈਡਰ ਗੱਡੀ ਦੇ ਵਿੱਚ ਅਲੋਏ ਪਏ ਹੋਏ ਨੇ ਗੱਡੀ ਦੇ, ਦੇਖ ਸਕਦੇ ਹੋ ਇਸ ਲਗਜ਼ਰੀ ਗੱਡੀ ਦੇ ਵਿੱਚ ਚੋਰ ਆਉਂਦੇ ਨੇ। ਅਤੇ ਪਹਿਲਾਂ ਤਾਂ ਇਹਨਾਂ ਚੋਰਾਂ ਦੇ ਵੱਲੋਂ ਇੱਕ ਦੁਕਾਨ ਦਾ ਸ਼ਟਰ ਤੋੜਿਆ ਗਿਆ ਅਤੇ ਅੰਦਰ ਵੜ ਕੇ ਪਹਿਲਾਂ ਇਹਨਾਂ ਨੇ 5 ਇਨਵੇਟਰ ਦੀ ਬੈਟਰੀਆਂ ਚੱਕੀਆਂ, ਇੰਡਕਸ਼ਨ ਚੁੱਲ੍ਹੇ ਚੱਕੇ ਅਤੇ 3 LCD ਚੱਕ ਕੇ ਇਹ ਫਰਾਰ ਹੋ ਗਏ। ਦਰਅਸਲ 4 ਚੋਰ ਗੱਡੀ ਦੇ ਵਿੱਚ ਆਉਂਦੇ ਨੇ, ਲਗਜ਼ਰੀ ਗੱਡੀ ਹੈ, ਗੱਡੀ ਦੇ ਵਿੱਚ ਆ ਕੇ ਕੈਨੇਡਾ ਕਮਿਊਨੀਕੇਸ਼ਨ ਨਾਮ ਦੀ ਦੁਕਾਨ ਦੇ ਵਿੱਚ ਵੜਦੇ ਨੇ। ਸ਼ਟਰ ਤੋੜ ਕੇ ਅੰਦਰ ਪਏ ਸਮਾਨ ਨੂੰ ਦੇਖੋ ਕਿੰਝ ਚੋਰੀ ਕਰ ਰਹੇ ਨੇ। ਦੁਕਾਨ 'ਚ ਲੱਗੇ ਸਾਰੇ CCTV ਕੈਮਰਿਆਂ ਦੇ ਵਿੱਚ ਇਹ ਚੋਰ ਕੈਦ ਹੋ ਗਏ ਨੇ। ਦੇਖੋ ਇਹਨਾਂ ਨੇ ਕਿਵੇਂ ਫੁਰਤੀ ਦੇ ਨਾਲ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਤਾਂ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਦੀਆਂ, ਜਿੱਥੇ ਕੈਨੇਡਾ ਕਮਿਊਨੀਕੇਸ਼ਨ ਦੀ ਦੁਕਾਨ ਦੇ ਅੰਦਰ, ਇਲੈਕਟ੍ਰੋਨਿਕਸ ਦੀ ਦੁਕਾਨ ਦੇ ਅੰਦਰ, ਸ਼ੋਰੂਮ ਅੰਦਰ ਵੜ ਗਏ ਨੇ ਚੋਰ। 3 LED, 5 ਇਨਵੇਟਰ ਬੈਟਰੀਆਂ ਅਤੇ ਇੰਡਕਸ਼ਨ ਚੁੱਲ੍ਹੇ, ਨਗਦੀ ਸਮੇਤ ਕਾਫੀ ਸਮਾਨ ਕਰਕੇ ਲੈ ਗਏ ਨੇ ਚੋਰੀ। ਤਾਂ ਤਸਵੀਰਾਂ ਦੇਖੋ, CCTV ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਚੋਰ ਦੁਕਾਨ ਦੇ ਅੰਦਰ ਵੜ ਕੇ ਚੋਰੀ ਕਰ ਰਹੇ ਨੇ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਚੋਰ ਕਿੰਨੀ ਜਲਦੀ ਪੁਲਿਸ ਦੀ ਗ੍ਰਿਫਤ ਚ ਹੋਣਗੇ।